ਹਮੇਸ਼ਾ ਤੂੰ ਅੱਗੇ ਕੰਮ ਕਰਦਾ ਨਾ ਖੇਤ ਦਾ, ਹਾਂ ਉਹ ਤਾਂ ਗੱਲ ਹੈਗੀ ਤੇ ਹੈ। ਫਿਰ ਤੇ ਬਾਪੂ ਨੇ ਕਿਉਂ ਕਿਹਾ ਹੈਗਾ ਨਾ, ਜਿਵੇਂ ਬਾਪੂ ਨੇ ਕਿਹਾ ਵੀ ਗੇਜਣ ਲੈ ਜੀ ਨਾਲ ਤਾਂ ਜਾ ਦੇ ਤਾਂ ਨਾ, ਉਹ ਕੀ ਕਰੂਗਾ? ਮੈਨੂੰ ਐ ਲੱਗਦਾ ਹੈਗਾ ਕਿ ਅੱਛਾ ਜਵਾਬ ਦਿੱਤਾ। ਹਾਂ ਵੀ ਕਿਤੇ ਉਹੀ ਤੀਵੀਂ ਵਾਲੇ ਦੇ ਚੱਕਰ ਚ ਲਾਉਂਗੇ ਬਾਪੂ। ਕੋਈ ਗੱਲ ਨਹੀਂ, ਅੱਜ ਨਹੀਂ ਫਿਰ ਸੁੱਕਾ ਜਾਣ ਦਿੰਦੇ ਬਾਪੂ ਨੂੰ। ਦੇ ਦੂਆ ਬਟੇ ਬਾਜਦਾ ਤੂੰ ਨੀ, ਤੇਰਾ ਖਾਤਾ ਚੱਲਾ ਨੀ ਉਹ ਤਾਂ ਪਹਿਲਾਂ। ਮੇਰਾ ਖਾਤਾ ਤਾਂ ਨਹੀਂ ਚੱਲਦਾ। ਫੇਰ ਉਹ ਫੋਨ ਮੈਂ ਪਾਏ ਤੇ ਮੈਨੂੰ ਉਸਨੇ 1,00,000 ਰੁਪਈਆ ਤੇਰਾ, ਮੈਨੂੰ ਪਤਾ ਤੇਰਾ 20,000 ਦੇਣਾ ਦੇਊਂਗਾ। ਓਏ ਕੁਸਾ ਹੁਣ ਸੋਣੀਏ, ਮੈਂ ਤਾਂ ਕੁਸਾ ਹੀ ਹੋਣਾ। ਅੱਛਾ ਉਹ ਤੇਰੀ ਪਰ ਥੋੜੇ ਅਲਰਟ ਜੀ ਕਿਵੇਂ ਆ ਗਈ ਇਹ ਪੈਣ ਦੇ ਖਸਮਤ ਉਮਰ ਆ ਮੇਗਾ। ਓਏ ਨਹੀਂ ਕੁਛ ਨਹੀਂ ਹੁੰਦਾ, ਲੰਘ ਜਾ। ਹਾਂਜੀ ਕੀ ਹਾਲ ਚਾਲ ਹੈ ਦੋਸਤੋ, ਵੀਡੀਓ ਦੇਖਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਹੈ, ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਇਸ ਵੀਡੀਓ ਦਾ ਤੁਹਾਨੂੰ ਕਿਹੜਾ ਡਾਇਲੋਗ ਜ਼ਿਆਦਾ ਵਧੀਆ ਲੱਗਿਆ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਦੋਸਤੋ, ਕਿਉਂਕਿ ਦੋਸਤੋ ਜਿਹੜਾ ਵੀਰ ਸਾਨੂੰ ਕਮੈਂਟਾਂ 'ਚ ਇਹ ਦੱਸੂਗਾ ਵੀ ਕਿਹੜਾ ਤੁਹਾਨੂੰ ਡਾਇਲੋਗ ਵਧੀਆ ਲੱਗਿਆ, ਕਿਹੜੇ ਆਰਟਿਸਟ ਦਾ ਕੰਮ ਤੁਹਾਨੂੰ ਵਧੀਆ ਲੱਗਦਾ, ਆਪਾਂ ਉਸ ਵੀਰ ਦਾ ਅਗਲੀ ਵੀਡੀਓ 'ਚ ਨਾਮ ਜ਼ਰੂਰ ਬੋਲਾਂਗੇ। ਜਿਹੜੇ ਵੀਰ ਸਾਡੇ ਚੈਨਲ 'ਚ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਜ਼ਰੂਰ ਦੱਬ ਦਿਓ। ਜ਼ਿਆਦਾ ਦੇਰੀ ਨਾ ਕਰਦੇ ਹੋਏ ਆਜੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਕਿਉਂ ਲਹੂ ਪੀਨੇ ਹੋ ਮੇਰਾ ਤੁਸੀਂ, ਹੈ ਕੁਛ ਤਾਂ ਸ਼ਰਮ ਕਰ ਲਾ, ਮੌਜਾਂ ਨਾਲ ਆ ਕੇ ਪੈ ਗਿਆ ਹੁਣ। ਓਏ ਕਿਉਂ ਧੱਕੇ ਮਾਰਦੀਆਂ ਸੀ ਤੋ ਕੀ ਫੇਰ ਸੀ ਤੋ, ਮੈਂ ਮਰ ਜਵਾਂ, ਅੱਖਾਂ ਖੋਲ ਕੇ ਦੇਖ ਲਾ ਕੁੜੀ ਆਵੇ ਤੇਰੀ ਪ੍ਰਵੀਨ ਸੀ ਤੋ ਨਾਲੇ ਹੋਰ ਉਸ ਨੂੰ ਲਿਆਉਂਦਾ, ਹੈ ਉੱਥੇ ਤਾਂ ਨਾ ਜਲੂਸ ਖੜਾ ਸਾਡਾ ਚਾਚੀ ਹੋ ਰਹੀ ਵੀ ਆ ਕੇ ਸੂਹਾ ਲੈਂਦੀਆਂ ਫਿਰਦੀਆਂ ਨੇ ਗਿਆ। ਕੌਣ ਬੋਲੀ ਜਾਂਦਾ? ਹਾਂ ਕੌਣ ਬੋਲੀ ਜਾਂਦਾ ਨਾਲੇ ਹੋਰ ਪੀ ਕੇ ਉਛੜ ਜਾਂਦਾ ਤੇਰਾ ਤਾਂ ਮੂਤ, ਘਰੇ ਤਾਂ ਨਹੀਂ ਦੇਖਣਾ ਹੈਗਾ। ਓਏ ਥੋੜ ਰੱਖੋ, ਓਏ ਸੁਰਗਾ ਜੀ ਜਾਣੀ ਆ। ਉਹ ਕਿੱਥੇ ਨਾਲੇ ਮਾਮਾ ਕਿੱਥੇ ਆ? ਓਏ ਥੋੜ ਰੱਖੋ, ਕਿਹਦੇ ਨਾਲ ਆਇਆ ਇਹ ਤਾਂ ਦੱਸ ਦੇ ਘੱਟੋ ਘੱਟ ਮੈਨੂੰ। ਓਏ ਸੀ ਤੋਂ ਬਾਕੀ ਸਾਨੂੰ ਕਹਿੰਦਾ ਗਾ ਮਾਮਾ ਦੱਸ ਰਿਹਾ ਕਿੱਥੇ ਆ? ਕੌਣ ਮੈਂ ਟੁੱਕਣਾ ਲੁਟਕ ਸੁੱਟ ਕੇ ਬਾਗੀ ਹੋਣੀ ਉਹ ਜਿਹੜੀ ਖਰੀਦ ਕੇ ਲਿਆਇਆ ਸੀਗਾ, ਹੋ ਗਿਆ ਹੁਣ ਤੇਰਾ ਵੀ ਚਾਅ ਪੂਰਾ। ਸਿਆਪਾ ਕਿੱਥੇ ਮੇਰੇ ਘਰ ਮਾ ਜਾ ਸਾਰੇ ਧਰੇ ਪਏ ਸੀਗੇ ਜੱਟ ਹੋ ਕੇ, ਕੁੜੀ ਲੈ ਪੈ ਗਈ ਆਉਂਗੀ ਜੱਟ ਹੋ ਕੇ ਸ਼ਰਾਬ ਆਪਦਾ ਨਹੀਂ ਮੁਸੇ ਦਿਖਦਾ ਹੈਗਾ ਸ਼ਰਾਬੀ ਨਾਲੇ ਹੋਰ ਆਹੀ ਕੰਮ ਜੋਗੇ ਤੁਸੀਂ ਜੁੱਤੀਆਂ ਖਾਣ ਜੋਗੇ ਹੋ। ਸੀ ਤੋ ਪਾਣੀ ਸੀ ਤੋ ਨੂੰ ਪਾਵੇ ਚੱਪੀਆਂ ਪਾਣੀ ਲਾਣੀ ਸੀ ਤੋ ਹੋਰ ਰੱਖੂ ਓ ਬੰਦਾ ਮਾਰਨਾ ਪਵੇ ਓ ਬੰਦਾ ਓ ਪ੍ਰਵੀਨ ਇਹ ਕਿੱਥੇ ਰਹਿ ਗਈ ਇਹ ਕਿਹੜਾ ਸੁਣਦੀ ਆ ਪ੍ਰਵੀਨ ਕੀ ਹੋਇਆ ਕਾਹਦਾ ਆਵਾਜ਼ਾਂ ਮਾਰਨ ਲੱਗ ਰਹੇ ਹੋਗੇ ਲੈ ਰੋਲਾ ਪਾਉਣ ਲੱਗ ਰਿਹਾ ਬਾਪੂ ਕਿੱਥੇ ਹੈ ਰੋਟੀ ਖਾ ਰਿਹਾ ਬਾਪੂ ਤਾਂ ਅੱਛਾ ਉਤਰ ਗਈ ਉਹਦੀ ਦਾਰੂ ਹਾਂ ਪਹਿਲਾਂ ਨਾਲੋਂ ਤਾਂ ਕੁਛ ਠੀਕ ਲੱਗ ਰਿਹਾ ਮੈਨੂੰ ਅੱਛਾ ਹਾਂ ਚੱਲ ਠੀਕ ਹੈ ਹੁਣ ਬਾਪੂ ਨੇ ਆਵਾਜ਼ ਮਾਰਤੀ ਕੀ ਆ ਕਦੇ ਤੂੰ ਆਵਾਜ਼ ਮਾਰ ਦੇ ਨਾ ਕਦੇ ਹੋਈ ਮੈਂ ਤਾਂ ਬਸ ਆਹੀ ਕੰਮ ਜੋਗੀ ਉਹ ਬਗ ਜਾ ਪਾਣੀ ਪੂਣੀ ਮੰਗਦਾ ਹੋਣਾ ਮੱਛੀ ਰਿਹਾ ਕਰ 24 ਘੰਟੇ ਤੂੰ ਜਾਉਂਗੀ ਮੈਂ ਤਾਂ ਹਾਂ ਬਾਪੂ ਹੁਣ ਤੂੰ ਕਦੋਂ ਆਵਾਜ਼ ਮਾਰੀ ਜਾਣਾ ਕੀ ਹੋ ਗਿਆ ਰੋਟੀ ਤਾਂ ਮੈਂ ਖਾ ਲਈ ਭਾਈ ਮੈਂ ਥੋੜੀ ਸਬਜ਼ੀ ਬਚ ਗਈ ਸੀ ਅੱਛਾ ਹੋਰ ਲਿਆ ਮੈਂ ਰੋਟੀ ਨਾ ਬਸ ਸਬਜ਼ੀ ਬਹੁਤ ਵਧੀਆ ਬਣਾਈ ਅੱਜ ਮੈਂ ਤਾਂ ਸਾਰਾ ਕੁਛ ਹੀ ਵਧੀਆ ਬਣਾਉਣੀ ਆ ਬਾਪੂ ਬਸ ਮੇਰੀ ਕੋਈ ਕਦਰੀ ਨਹੀਂ ਕਰਦਾ ਹੈਗਾ ਇਸ ਘਰ ਚ ਕਿਉਂ ਲੈ ਕਿਉਂ ਅਰੇ ਮੈਂ ਦੱਸ ਬਾਪੂ ਐਨੀ ਪੀ ਕੇ ਉਹਨੂੰ ਤੈਨੂੰ ਕਿਹਨੇ ਕਿਹਾ ਸੀ ਉਹ ਤਾਂ ਉਹਨਾਂ ਨੇ ਪਿਆ ਦਿੱਤੀ ਭਾਈ ਕੋਈ ਨਾ ਕਿਸੇ ਦੇ ਮੂੰਹ ਨੂੰ ਗਲਾਸ ਨਹੀਂ ਲਾਉਂਦਾ ਹੁੰਦਾ ਆਪਦੇ ਤੇ ਹੁੰਦਾ ਸਾਰਾ ਕੁਛ ਬੰਦੇ ਦੇ ਤੇਰਾ ਮਾਮਾ ਦੀ ਦੇਖ ਤੈਨੂੰ ਦੱਸਿਆ ਨਹੀਂ ਮੈਂ ਖੇਤ ਮਾਮਾ ਤਾਂ ਇੰਨੀ ਪਿੰਦਾ ਨਹੀਂ ਬਾਪੂ ਪਿੰਦਾ ਬਹੁਤਾ ਹੋ ਚੱਲ ਕੋਈ ਨਹੀਂ ਪਤਾ ਨਹੀਂ ਕਿਵੇਂ ਪਹੁੰਚਾਉਂਦਾ ਲਿਆਉਣੀ ਆ ਮੈਂ ਰੋਟੀ ਇੱਕ ਹੋਰ ਖਾ ਲਈ ਬਸ ਆਪਾਂ ਦੇ ਜਾ ਨਹੀਂ ਹੁਣ ਮੈਂ ਜਾਣਾ ਖੇਤ ਅੱਛਾ ਹਾਂ ਥੋੜੀ ਜਿਹੀ ਜੀਰੀ ਰਹਿੰਦੀ ਆ ਮੌਲ ਵਾਲੀ ਰਾਤ ਨੂੰ ਲੈਟ ਆਊਗੀ ਚੱਲ ਦੇਖ ਲੈ ਬਾਪੂ ਜਿਵੇਂ ਤੈਨੂੰ ਸਹੀ ਲੱਗਦਾ ਔਰ ਨਾਲ ਗੇਜ ਨੂੰ ਲੈ ਜਾ ਨਾ ਕੀ ਗੇਜਾਂ ਦੀ ਜ਼ਰੂਰਤ ਹੈ ਚੱਲ
फिर कब आएंगे बापू? और की तड़की आऊंगा मैं ना। ठीक है। हाँ। ध्यान रखियो डंगर पशु का भी, ठीक है? चलो। हाँ की कहना थी बापू? उन्हें की कहना? रोटी खा ली सी। ते तो ऐ कहना का? भी ना हुन खेत जा रहे हैं। हुन खेत? हाँ। नौ बज रहे ने। हुन खेत की करूँगा? मेनू नहीं पता है, उन्हें बस मैंने इन्ना को कहा गा भी करे त्यार ना रहो, भी मैं जा रहा हूँ तो सवेरे आऊंगा। देख गए जे मेनू ना बापू सही नहीं लगता है, तू माड़ी जी गौर रखी जाऊंगा बापू दे। चल कोई नहीं, गौर तो मैं रखूंगा, कोई चक्कर नहीं। कम होना खेत च? कम की? लाइट आती होनी अगे ना पिछे है, हमेशा तू अगे काम करता ना खेत का। हाँ तो गल है। तो फिर तो बापू ने क्यों कहा गा ना, जे मैं बापू ने कहा भी गेजन लिया जी ना जो है तो ना, वो की करूगा? सारे पिंड पता लाता है, इनी तो मैंबर आली बधाई नहीं आएगी जिन्या सीत वाली बधाई देने आ गए लोग। चुप कर ना, करावा मैं ऐ दा दे ते जाके ना खेत देख ली चंगा। ओ बग जूंगा जी ता उरी होना रात, केड़ा मत्था मारे तेरे नाल, रोटी दा पालिया पालिया रोटी इहदे नी। चल मेनू जाके पानी पोगे। ओए दरवाजा से लेट हो गया तू, तो शायद सी तो डिगरी होवे खेत। ओ यार जवाखा याने मैं जो नी टेंशन पाई, इना नु कीने दसदा यार वी ਸੀ ਤੋਂ ਆਈ ਹੈ ਖੇਤ, ਐਡਾ ਲੋਡ ਪੈ ਰਿਹਾ ਨਾ ਦਿਮਾਗ 'ਤੇ, ਬਸ ਕੁਛ ਨਹੀਂ ਉੜਦੀ ਹੈਗੀ। ਇੱਕ ਭੈਣ ਚੋਦੀ ਥੋੜ੍ਹੀ ਜਿਹੀ ਹੁਣ ਤੋੜ ਲੱਗ ਰਹੀ ਆ ਸਰੀਰ ਨੂੰ, ਐ ਨਹੀਂ ਪਤਾ ਖੇਤ ਹੈਗੀ ਹੈ, ਊਂ ਤਾਂ ਤਰੀ ਹੋਈ ਤਾਂ ਹੈਗੀ ਸੀ, ਪਤਾ ਨਹੀਂ ਪਈ ਆ ਪਤਾ ਨਹੀਂ ਨਾ ਪਈ ਆ। ਚੱਲ ਦੇਖਦੇ ਹਾਂ ਜਾ ਕੇ, ਘਰੋਂ ਤਾਂ ਬਹਾਨਾ ਲਾ ਕੇ ਆਇਆ ਵੀ ਲਾਈਟ ਚਲਾਵਾਂਗੇ। ਸੀ ਤੋਂ ਰਸੋਈ ਵੀ ਦੇਖ ਆਇਆ, ਸਾਰੇ ਕਿਤੇ ਦੇਖ ਲਈ, ਉੱਪਰ ਨੀਚੇ ਦੇਖ ਲਈ, ਨਾ ਲੈਟਰੀਨ ਬਾਥਰੂਮ 'ਚ ਹੈ, ਨਾ ਕਮਰੇ 'ਚ, ਨਾ ਸਟੋਰ 'ਚ ਹੈ। ਸੀ ਤੂੰ ਗਈ ਕਿੱਧਰ ਹੈ? ਮੇਰੇ ਸਣੀ ਨੇ ਬਦੀਨ ਕਰ ਲਿਆ, ਪਤਾ ਨਹੀਂ ਕਿਹੜੇ ਖੂਹ 'ਚ ਉੱਤਰ ਗਈ। ਵੜ 'ਚ ਦੇਖ ਕੇ ਆਉਂਦਾ ਮੈਂ ਜਾ ਕੇ, ਪਤਾ ਕਿੱਥੇ ਵਗ ਗਈ, ਲੱਭ ਗਿਆ ਮੈਂ। ਯਾਰ ਕੀ ਕਰਾਂ, ਪ੍ਰਵੀਨ ਵੀ ਪੰਗੇ ਛੇੜ ਕੇ ਰੱਖਦੀ ਹੈ, ਕਹਿੰਦੀ ਤੂੰ ਬਾਪੂ 'ਤੇ ਨਿਗਾਹ ਰੱਖ, ਖੇਤ ਵਿੱਚ ਜਾ ਦੇਖ ਕੀ ਕਰਦਾ ਹੋਣਾ। ਹਾਏ ਓਏ ਮੈਨੂੰ ਤਾਂ ਐਂ ਡਰ ਲੱਗਦਾ ਕਿਤੇ ਸੱਪ ਸਣੰਗਾ ਜਿਹਾ ਵੀ ਨਹੀਂ ਲੜਦੇ ਇਹ, ਰਾਤ ਹੋ ਰਹੀ ਹੈ ਹੈਂ, ਮੈਂ ਡਰ ਲੱਗੀ ਜਾਂਦਾ, ਇੱਕ ਤਾਂ ਜੀ ਕਰਦਾ ਵਾਪਸੇ ਮੁੜ ਜਾਂ, ਪਰ ਪ੍ਰਵੀਨ ਤੋਂ ਵੀ ਬਹੁਤ ਡਰ ਲੱਗਦਾ। ਚੱਲ ਦੇਖਦਾ। ਓਏ ਗੱਲ ਸੁਣ ਮੇਰੀ ਯਾਰ, ਤੈਨੂੰ ਕਿਸੇ ਨੇ ਆਉਂਦਿਆਂ ਤਾਂ ਨਹੀਂ ਦੇਖਿਆ ਜਦੋਂ ਤੂੰ ਖੇਤ 'ਚ ਆਈ ਹੈ? ਦੇਖੇ ਤਾਂ ਗੱਲ ਛੱਡੂਗੀ, ਤੁਸੀਂ ਘੱਟ ਪੀ ਲੈਂਦੇ, ਇੰਨੇ ਨੇ ਹਵਾੜ ਮਾਰ ਦਿਆ ਤੁਹਾਡੇ ਚੋਂ। ਆਏ ਕੱਟ ਕਿਵੇਂ ਪੀ ਲੈਂਦਾ ਮੇਰੀ ਸੋਹਣੀਏ, ਮੈਂਬਰੀ ਲਈ ਆ, ਮੈਂਬਰੀ ਇੱਕ ਦੇ ਜ਼ੋਰ ਨਾਲ ਚੌਦਾ ਬਣਿਆ ਮੈਂਬਰੀ ਦਾ, ਮਰਵਾਤੀ ਤੇ ਤਾਂ ਅੱਜ। ਉਹ ਕੀ ਹੋ ਗਿਆ ਵੀ, ਕਾਹਦੇ ਬੱਚੇ ਮਰਵਾਤੀ ਤੋਂ? ਤੇ ਤੇਰਾ ਜਵਾਈ ਆ ਗਿਆ ਦੀਗਾ। ਓਏ ਤੈਨੂੰ ਥੋੜੀ ਦੇਖਣਾ ਹੈ, ਇਹਦੇ ਖੇਤ 'ਚ ਜੀ ਨਹੀਂ ਦੇਖਣਾ ਹੈ ਤੇ ਯਾਰ, ਤੂੰ ਹੀ ਤੈਨੂੰ ਵਹਿਮ ਪੈ ਗਿਆ। ਪਗਰਾ ਦੇਖਣ ਆਏ ਤੀ ਮੈਨੂੰ ਹੋਰ। ਓਏ ਜਦੋਂ ਹੁਣ ਤੇਰਾ ਯਾਰ ਮੈਂਬਰ ਬਣ ਗਿਆ, ਤੈਨੂੰ ਕੋਈ ਮਾੜੀ ਨਿਗਾਹ ਨਹੀਂ ਦੇਖੂਗਾ। ਦਾਰੂ ਤਾਂ ਨਹੀਂ ਝੋਸੀ ਫਿਰਦਾ, ਮਾੜੀ ਨਿਗਾਹ ਨਹੀਂ ਦੇਖੂਗਾ ਤੈਨੂੰ। ਓ ਯਾਰ ਦਾਰੂ ਨਹੀਂ ਪੀਊਂਗਾ ਤੇ ਮੈਂ ਹੁਣ ਜ਼ਹਿਰ ਪੀਊਂਗਾ ਤੇਰੇ ਹੁੰਦੇ। ਨਾਲੇ ਸੱਚ ਵੀ ਭਾਈ ਤੈਨੂੰ ਡਬਲ ਵਧਾਈਆਂ ਦੇਣੀ ਆ ਮੈਂ ਤਾਂ, ਤੈਨੂੰ ਵਿਆਹ ਕਰਾ ਲੈ ਸੱਚ। ਓਏ ਵਿਆਹ ਤਾਂ ਇੱਕ ਹੋਈ ਹੋਈ ਆ, ਜੋ ਕੁਛ ਹੈ ਸੱਚਾ ਪਿਆਰ ਹੁੰਦਾ ਤਾਂ ਮੇਰੇ ਨਾਲ ਕਰਾ ਲੈਂਦਾ। ਓਏ ਤੇਰੇ ਨਾਲ ਤਾਂ ਹੈ ਹੀ ਜੋ ਕੁਛ ਹੈਗਾ। ਆਹੋ ਹੈਗਾ ਜੋ ਕੁਛ ਹੈਗਾ। ਓਏ ਉਹ ਤਾਂ ਇੱਕ ਮੈਡਮ ਲੱਗੀ ਹੋਈ ਆ, ਉਹ ਮੁਲਾਜ਼ਮ ਹੈ, ਉਹ ਤਾਂ ਇੱਕ ਪੈਸੇ ਬਟੋਰਨ ਵਾਸਤੇ ਕਰਿਆ ਹੋਇਆ ਮੇਰੀ ਸੋਹਣੀਏ। ਮੈਂਬਰ ਤਾਂ ਤੂੰ ਬਣ ਗਿਆ, ਹੁਣ ਇੱਕ ਕੰਮ ਕਰਦੀ ਸਾਡਾ, ਨਾਲੀਆਂ ਤੇ ਸਾਡੀ ਵੀਹੀ ਪੱਕੀ ਕਰਾ ਦੀ ਹੁਣ। ਓਏ ਤੂੰ ਨਾਲੀਆਂ ਗਲੀਆਂ ਦੀ ਗੱਲ ਕਰਦੀਆਂ, ਪਹਿਲਾ ਕੰਮ ਸਾਡਾ ਹੋਣਾ ਚਾਹੀਦਾ। ਲੈ ਓ ਬਿਲਕੁਲ ਹਿੱਕ ਤਾੜ ਕੇ ਕਹਿਣਾ ਮੇਰੀ ਸੋਹਣੀਏ, ਮੈਂ ਤਾਂ ਕੱਚੇ ਘਰਾਂ ਦੇ ਪੈਸੇ ਵੀ ਦਵਾਉਂਗਾ, ਤੇ ਕੱਚੇ ਜਿਨ੍ਹਾਂ ਨੂੰ ਪਲਾਟ ਨਹੀਂ ਮਿਲੇ ਹੋਣਾ, ਕਲੋਨੀਆਂ ਨਹੀਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ, ਜਿਨ੍ਹਾਂ ਨੂੰ ਪਲਾਟ ਨਹੀਂ ਮਿਲੇ ਕਲੋਨੀਆਂ ਦਵਾਉਂਗਾ, ਕਲੋਨੀਆਂ। ਤੂੰ
ਗੱਲ ਕਰਦੀਆਂ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਤਾਂ ਹਰੇਕ ਕਰ ਦਿੰਦਾ ਆ ਪਤਾ ਜਾਨੀ ਕੋਠੇ 'ਚ ਰਹਿੰਦਾ ਇਹ ਓਏ ਹੋਰ ਤਾਂ ਤੂੰ ਗੱਲਾਂ ਛੱਡ ਸਾਰੀਆਂ ਤੇਰੇ ਪੱਪੂ ਟੁੰਡੇ ਦਾ ਹਾਲ ਚਾਲ ਦੱਸ ਕਿਵੇਂ ਆ जो मैं लोग ने मैंबर बनाता लोग मेरे लवे पार्टी लैन आंदे ने मैं दू पाल दी दू पाल दी दू पाल दी मेरी गल सुन हुण मैं चलदी आ करियाना वाला होगा ठीक है ओदा खुड्डा रड़ा पिया होगा टाई जाने दा ओए ओदा तेरी गल सियाणी है पर मेरी गल सुन ले मेनू ना भूल जी जी थोनू मैं किथे भूल जूंगी मैं तेनू नहीं भूलदा हुण अपने लवे आ गया ओदा सरकारी 5 साल जो मर्जी करी जो मर्जी करी तू मैनू छड्डी ਗੱਲ ਸੁਣ ਲੈ ਮੇਰੀ ਇੱਕ ਵਾਰ ਤਾਂ ਤੈਨੇ ਮੈਨੂੰ ਧੋਖਾ ਦੇਤਾ ਹੁਣ ਕਾਹਦਾ ਧੋਖਾ ਦੇਣਾ ਇਹਨੂੰ ਮੈਂ ਵਿਆਹ ਕਰਾ ਲਾ ਤੂੰ ਦੂਜਾ ਮੈਨੂੰ ਦੱਸਿਆ ਓ ਯਾਰ ਉਹ ਤਾਂ ਉਤਰੇ ਮੰਦਾ ਹੋਇਆ ਵਿਆਹ ਪਿਆ ਤਾਂ ਤੇਰੇ ਨਾਲ ਅੰਦਰ ਨਾਲ ਤਾਂ ਤੇਰੇ ਦਿਲ ਦੇ ਵਿੱਚ ਵਸਿਆ ਹੋਇਆ ਪੈਸੇ ਕਰਕੇ ਵੇਖ ਗਿਆ ਓ ਯਾਰ ਤੂੰ ਛੱਡ ਪੈਸੇ ਕਰਕੇ ਨਹੀਂ ਤੂੰ ਮੈਨੂੰ ਫਿਰ ਤੂੰ ਉਹੀ ਸਮਝਦੀ ਹੈ ਕਾਹਦੇ ਵਾਸਤੇ ਬੁਲਾਇਆ ਤੈਨੂੰ ਇੱਥੇ ਤੂੰ ਹੀ ਸਮਝਦੀ ਹੈ ਲਓ ਪੂਰੇ ਤੈਨੂੰ ਕਾਹਦੇ ਵਾਸਤੇ ਬੁਲਾਇਆ ਤੇਰੇ ਪਿਆਰ ਵਾਸਤੇ ਬੁਲਾਇਆ चल जे तू कहनी नहीं पींदे फिर बस गल तो बिलकुल टाल कर दांगे दारू बंद कर दो बस बस ठीक है जिवे तू कहेगी मेरी जान उसे लोट ਕੈਸ਼ ਕੋਈ ਨਹੀਂ ਦਿੰਦਾ ਅੱਜ ਕੱਲ ਤੈਨੂੰ ਪਤਾ ਪੈਣ ਜੋ ਅਗਲਾ ਬੰਦਾ ਮਾਰ ਦਿਆ ਪੈਸੇ ਪਿੱਛੇ ਤੋਂ ਹਾਂ ਉਹ ਜਿੰਨਾ ਦੇ ਗਰਕੀ ਪੱਟੀ ਵੀ ਨਾ ਉਹਨਾਂ ਨੂੰ ਪੈਸੇ ਦੇਣੇ ਨੇ ਮੈਂ ਕੋਈ ਬਾਤ ਨਹੀਂ ਦੇ ਦੀ ਤੇਰੇ 20000 ਮੈਂ ਰੱਖਦਾ ਕੋਨੀ ਜੇ ਈਵ ਚੱਲਣਾ ਮੈਂ ਤੁਹੀ ਪਾ ਦਿਉ ਮੁੱਠੀ ਵਿੱਚ ਕੇ ਤੜਕੀ ਜਾਊਗਾ ਮੈਂ 10 ਵਜੇ ਚਲ ਕੋਈ ਬਾਤ ਨਹੀਂ ਤੜਕੇ ਵਗ ਜੀ ਨਹੀਂ ਬਤਾ ਪੈਗ ਲਾਏਗਾ ਨਾ ਮੈਂ ਤਾਂ ਨਹੀਂ ਦੇਖ ਲੈਗਾ ਅੱਜ ਦਲਵਾਰਾ ਮੈਂਬਰ ਬਣਿਆ ਹੋਇਆ ਹੈ ਨਾ ਮੈਂ ਨਹੀਂ ਤੋੜ ਗਿਆ ਦੇਖ ਮਣ ਕੇ ਬਣੇ ਨਾ ਮੈਂ ਨਹੀਂ ਕਰਦਾ ਚਲ ਫਿਰ ਮੈਂ ਤਾਂ ਲਾਉਂਗਾ ਵੀ ਤੂੰ ਲਾਈ ਵੀ ਨਾ ਵਧੀਆ ਰਹੇਗਾ ਹਾਂ ਮੇਰੇ ਲਈ ਤਾਂ ਠੀਕ ਹੈ ਚਲੋ ਮੋਟਰ ਤੇ ਚੱਲਾਂ ਆ ਉੱਥੇ ਉੱਠਾ ਲਾ ਲਿਆ ਹਾਂ ਆ ਥੱਲੇ ਦੇਖ ਲਈ ਬੈਂਜੋ ਬੰਦਾ ਕੌਣ ਬੈਠਾ ਤੁਹਾਡੇ ਡਾਕੂ ਇਹ ਹਾਂ ਰ ਬੈਂਜੋ ਕਿਹੜਾ ਰ ਚੱਲ ਕੇ ਦੇਖੀਏ ਚੱਲ ਆ ਪੇਗ ਲਾ ਲਾਂਗੇ ਉਸ ਨੂੰ ਲਵਾ ਦੇਾਂਗੇ ਜੀ ਕੋਈ ਹੋਇਆ ਹਾਂ ਚੱਲ ਵਾਰੇ ਕਿਦੋਂ ਨਾ ਬੂੰਡ ਬੜ ਬੜ ਨਿਕਲਦੇ ਹੋਣੇ ਜਾਂ ਤਾਂ ਮੈਨੂੰ ਐ ਲੱਗਾ ਵੀ ਯਾਰ ਲਵੇ ਮੋਟਰ ਵਾਲਾ ਹੋਣਾ ਕੋਈ ਠੇਕੇਦਾਰ ਚਲਾ ਰਖਿਓ ਨਹੀਂ ਚਲਾਇਆ ਮੋਟਰ ਪਿਆ ਹੋਇਆ ਹੈ ਨਾ ਤਾਂ ਹੀ ਝੰਕਦਾ ਉਹ ਹਾਂ ਚੱਲ ਨਿਊ ਕਰਾਂਗੇ ਦੇਖ ਬੈਂਜੋ ਕਿਤਨਾ ਕੀ ਹੈ ਕਿ ਉਸ ਨੂੰ ਲਵਾ ਦੇਾਂਗੇ ਦਲਵਾਰੇ ਕੇ ਮੈਂਬਰ ਬਣ ਗਈ ਸੀ ਮੈਂ ਕੰਦੀ ਕੱਢੀ ਹੋਈ ਆ ਨਾ ਥੋੜੇ ਉਹ ਗਰਕੀ ਐ ਉਹ ਇਹ ਜਾਣਾ ਆ ਜਾ ਮੈਂ ਤਾਂ ਅੱਜ ਦੇਖੀ ਐ ਆ ਜਾ ਦੇਖਾਂ ਵੈਂਚ ਥੋੜੇ ਡੱਕੂ ਹੁਣ ਤਾਂ ਨਹਿਰਾ ਵੀ ਖਾਸਾ ਹੋ ਗਿਆ ਦੇਖੀ ਹੁਣ ਕਦੋਂ ਦੇਂਗਾ 20000 ਰੁਪਿਆ ਓਏ ਦੇ ਦੂਆ ਬਟੇ ਬਾਜਦਾ ਤੂੰ ਨਹੀਂ ਤੇਰਾ ਖਾਤਾ ਚੱਲਾ ਨਹੀਂ ਬਤਾ ਪਹਿਲਾਂ ਮੇਰਾ ਖਾਤਾ ਤਾਂ ਨਹੀਂ ਚੱਲਦਾ ਫੇਰ ਉਹ ਫੋਨ ਮੇ ਪਾਏ ਤੇ ਮੈਨੂੰ ਉਸਨੇ 1 ਲੱਖ ਰੁਪਿਆ ਤੇਰਾ ਮੈਨੂੰ ਪਤਾ ਤੇਰਾ 20000 ਦੇਣਾ ਦੇਉਂਗਾ ਹੈ ਤਾਂ ਖਾਤਾ ਚਲਾ ਲੈ ਪਹਿਲਾਂ ਜਾ ਕੇ ਕੱਲ ਨੂੰ ਮੈਂ ਕਰਦਾ ਥੋੜੇ ਡੱਕੂ ਹਾਂ ਮੈਂ ਕੱਲ ਨੂੰ ਸਵੇਰੇ 10 ਵਜੇ ਜਾਊਂਗਾ ਮੈਂ ਹਾਂ ਤਰਕੀ ਤੜਕੇ ਜਾ ਕੇ ਨਾ ਉਹਨਾਂ ਨੂੰ ਕਹਦੇ ਮੇਰਾ ਵੀ ਖਾਤਾ ਚਾਲੂ ਕਰ ਦਿਓ ਕਰਕੇ ਉਹ ਫੋਨ ਪੇ ਚਲਾ ਲਿਓ ਗੂਗਲ ਪੇ ਸਾ ਉਹ ਹੈ ਜਿਹੜਾ ਪਰ ਉਸ ਮੈਂ ਨਾ ਨਿਊ ਆ ਫੋਟੋ ਸੀ ਖਿੱਚ ਕੇ ਨਹੀਂ ਪਾਇਆ ਕਰਾਂ ਉਸ ਮੈਂ ਉਹ ਪਾ ਦੂੰਗਾ ਫਿਰ ਤੇਰੇ ਉਸ ਮੈਂ ਖਾਤੇ ਨੂੰ ਮੜ ਦੇ ਉਹ ਕਹਿੰਦੇ ਨੇ ਸਕੈਨਰ ਕਰਕੇ ਤੈਂ ਕੀ ਕਰਨਾ ਹੈ ਕਿਸ ਨੂੰ ਦੇਣੇ ਆ ਉਹ ਗਰਕੀ ਵਾਲੇ ਆ ਰਹੇ ਨੇ ਬਟ ਇਹ ਦੇਈ ਨਹੀਂ ਹਜੇ ਉਹਨਾਂ ਨੂੰ ਉਹ ਮੈਨੂੰ ਫੋਨ ਕਰੀ ਜਾਂਦੇ ਨੇ ਕਹਿੰਦੇ ਤੂੰ ਪੈਸੇ ਦੇ ਕਦੋਂ ਦੇਏਗਾ ਨਿਊ ਬਤਾ ਪਹਿਲਾਂ ਤੂੰ ਪੈਗ ਲਾਏਗਾ ਦੇਖ ਮਣ ਕੇ ਬਣਾ ਦੇਖ रंग रोगन करा देगा मतोल कोई बात नहीं चलाओ मोटर पा लाइए फिर पापा हाँ वो तो चल दिया चल।
ठंड लगती कुछ जो घूंगड़ी जाए देख ला ले फिर नी लगती ठंड देख के दूरी ना कोई साफ सुपड़ी आ जाए कोई ना इन कोई आंदा है ठीक है थोड़े डा कुआ कौन बैठेगा बंदा या लाइट तो आ रही है मोटर तो चलन लग रही है तो रहेगा आप तो ला के एक दो पेगे चला करे फिर रोटी रूटी खा गए फिर प्रवीन बेचारी देख दे होने ना भी रोटी रूटी देनी है ना उदो समझदा आ रहा है पर तेरे तो है नहीं कोई तो रोटी कटा जाए यार फिर चल रोटी खा ले मेरे नाल खा ले तो 9 बज गए फिर पट गया मेरा राजा यार आया तो दलवार तेरे सदके लकड़ बुढ़ा बंदा तो उरे दस की करना है उसनू कहंदा तो गेजे नू आपे ना देखदा तड़की डंगर पशु देख लो बुढ़ा हो रहा है वैन की लकड़ जे लत टुट गई फिर देखी जाएगा उथे किणसी जई मंजे गल है तेरी गल सियाणी है भाई मैं तो एक ना बटन दबना लैन दबी हुई है पानी वाली लैन नहीं होंदी की कहंदे पाइप लैन ओए तेरी बात ठीक है फिर बटन दब के घरे आ जा तो आप ही चली जाई तू दस फिर नक्के मुंडा दा फिर जे पाइप लैन दब रखी है ओ भाई गल सुन थोड़ा डाकू जिस दिन सच्ची बोल सच्ची गल दसा हां मैं तो एक उन्होंने तो बोट वाले तो टलता खेत आया मैं तो वो तंग करी जाते ने यार बड़े नौ तो बज रहे ईव तेन तंग करें घरें पड़ गए होने तो सारी रात फिरी जाते ने बोले बहन की लकड़े फिर सू सू कदों बार फिर भाई यार चल छड़ यार ऐ दस मैनू मेरा भाई सिर लग रहा तो कोल कोई लिया बुरा है यार देखा जी तड़की इतनी कर रहेगी बस अच्छा अच्छा आए बाले तेरे भाई कर रहा है गिलास ले चक्के उठे पड़े सांझे पै गए मेरे मेरे एक बात है फिर पानी पूनी नहीं मैं पान दिंदा न्यू लानी पड़ेगी यार फिर मैनू चढ़ जांदी है यार चढ़न नु दस ई कड़ा उतर रही है तेरी टैट तो है प्राइवेट तो बेटे तो हां हां जे मैं टैट हुंदा भाई फिर मैं गलवारे गिलास फड़ ला हुंदा चक दे ओए पीछे हट जा तू कौन है पी ले मैंने का खत्म नखरे लग रहे कर ओए आ किथों ले लफाफे नु ओए आ तन्नू के दसूं यार ओ मावे तन्नू मैं दस्सया नहीं मावे बंदा मार गए दे कांड करया दा 100000 रुपया दे दा हां 20000 इसका देना दा उल्टिया करा बहन का खत्म पची नी पहले तो खा गया लालच मैं और दे और दे फिर तो बस न्यू ला ली बंदा मार दिया ठीक है आंदे हो तो मेरी इसने तसलियां करा दी बहन जो मैं तो डॉक्टर दवाई दे बंदा मर गया उल्टी नहीं बंद हुई बहन जो बत्त से ले लिया दवाई ना दवाई बी
मेरा तो ना अंदर दारू ने छानता, तू आया लै पेगा, होर आया लै पेगा, तू मैंबर बन गया लै पेगा। तेरे आग लग रही है बैठ के, खास बंदे दिखता नहीं, तू अगले कह दे भाई मैं तो तड़की का लग रहा हूँ पीण। डर की बात नी रे, तेनू तो पुलिस का डर रहना 24 घंटे। डर की बात नी है, याद नहीं पीनी चाहिए, बहन लीवर खराब कर देगी तेरा, दवाई बना के पिया करा मेरे वांगू मुठी मिच के। मैं तेरी गल नाल सहमत हां, पर करिए कि हुण बधाईयां वाले लै बधाई लाले तो लाले वैर तो मच्छर खा गया मारे पिट्टे, पैसे दा कोई दंदा नहीं पी लै भाई, मेंबर साहब बधाई लै बधाई करदे है कि मैं कि लकड़ मेंबर नहीं बणया, तो मेंबर कहना के सौखा पड़या फिर दारू थोड़ी पीणी है, पैसे नहीं दे सकदे न्यू यार, और भम थोड़ी सी फिर जाएंगे भाई, आ पईया पहलाणी है तू कड़ा करता है, तू दुखा गड़ बन रहा तोड़ा डाकू हां जाओ जाओ, मैं तो यार मच्छर खा के टेस ने भी करे जाना होना, देख मैं तो रोड मोटर चलाउना आया के मैंने को तुम की करदा कोई कांडा मुट्ठी मिच के, भाई मैं तो मोटर चलाउना आया, मोटर चल रही है तेरे सामने, चलन तो लग रही है, जे मैं तो कहना पाइपलाइन दबदी हुई है, फिर तेरा और की मतलब तो चलिए करे चल, मैं खो ओ खो खो की लकड़ जुबान अल्टे इसकी उठी खड़ी लुल लुल करी है, ओ नट खोल के आऊंगा, चंगा खोल नहीं जेड़े खोलेगा नट बहन की लकड़ आ, चलिए रफ कर ला ला और तंडे के जाऊं या यार फुद्दू मेनू तुसी फुद्दू मेनू फुद्दू फुद्दू ओए फुद्दू कोई नहीं समझ रहा है, न्यू कहूं जे तू लेनी है मच्छर लड़ेगा फिर तू रख ले, मैं तो ओके आ तो रोटी खांगे, ओ देख ओ देख के रे रे अठी पा दे रे सुनो बहन केड़ा जाएगा केड़ा चलेगा इसनु थोड़े डक्कू आ जा कला ला दे रे न्यू पड़ जा ओ कोई कोई ना जमी जमी खत्म हो रहा चुद के का सारी उम्र कोई आवे कोई जावे थे कड़ाई जट ले रोज रोज पेन चोद उतरे हुन पेन चोदी पथरियां नहीं है नहीं है तू ए ओ केड़ा होए हे तू पुतरे की कर दे ओ पप्पू ता है हे आ पुती ओए उठ जा मर जा उरे की कर रहे तू दो मिनट हंता सी फिर मेरी ताई नू लभ रहा खेतां च ताई की कम करना होगी इन्नी रात नू मैं सारे किते लभ ली ओ अच्छा हां
सारे बाड़े बूड़े घर सारे कुछ देखा है मैं। अच्छा फिर भुक्का तो फिर दाना तू और यार मेरा गुड्डा रड़े पे है पता किधर लंघी ओबड़े चुबड़ी लगी रही है। चल ओता गल ठीक है ताया उरे मेरी ताई की करना होगी खेत विच पता नहीं पता नहीं दिमाग च फर्क है यार खबर किधर लंघ यार जो तू किधर फिरदा मैं दस पहला हो ताया मैं ता मेरे बापू नु लभना आया थी। अच्छा हां मेनू अपनी था प्रवीण कहंदी थी तेरी नू ओ कहंदी बापू दे राखी जी रखा कर ओदी भी निगाह जी थोड़ी जी गलत जी है। उनू की हो गया पता नहीं मेंबर जा बनया ना कि किते डक के किते पया ना होवे खेत च पया ना रह जी। आजा आजा मैं लवा दूं तेरे नाल खड़ जा तेनु बंदी टकरावांगे एक बंदी जावेगी। अच्छा और दी चोद की खड़ तो जाओ कि फिर पर मेनु पता है तेन भी लवाई तो एक तड़की तो आ तो रह गया फिर मैं तो ना प्रवीण ने भेजा दी मामा की बात हो गिर बापू नु देख के आना खेत च कि टुन पाया उठी रह जी ठीक है वो उठी आया वा मैं पेक ला के आया मैं अरगोजी और उसे नाल ला के आया मोटर चलन लग रही थी लाइट आ रही थी मैं तो बी जीरी रमाक आऊंगा तड़की आऊंगा मैंने कहा मैं चलिए घरे मारे वक्त चल ना मैं तो कह तड़की आऊंगा कला खेत की करता होना घरे लिया टाइट हो गया डिगया था तो मैं तो उस स्पीड सी पे पाया थे उसमें मैं उड़ी प्रवीन मेरे नाल लड़ूगी लड़ी जा फिर मैंने ठेका ले रखा बहन की लकड़ कमाल करी है तो चल मेनू नहीं पता है कहदी कहदी तू पड़या सोया पड़या था कहदी मैं तू नहीं मड़या चोर मोरी देख न्यो फिर उसमें देख लियो भाई आपके सीतो आके पीतो न्यो नहीं मेनू पता है क्या आगे जी वो ए ओ बेलू की पता था यार दोनों पता बड़ा यार मैं थानू कह दिया मैं नाम नहीं पता अंदा देख हाँ। ना मैं उसका बताऊ ना उसका आपका पहचान लो अठे भाई जो ईव आन वाला बस ओ बंदा ओ ताया पूरे फिर मेनू नहीं पता सीतो अग पीतो है कौन है आपका पहचान लियो थानू कहूं मैं उरी खड़ जो बस आने वाली है एक चोर मोरी मैं देख के आया मैं ना नहीं मैं बता पुठी मीच के चल ठीक है मैं न्यू करो इथे बैठ जो बैठ जो न्यू करके कंजर अज तो मरवाऊ कंजर आला की हाल ने दोस्तो उम्मीद करते हैं कि सारे ठीक होंगे। सब तो पहले अपनी कंग टीवी टीम वालों सारे प्यार भरी सत श्री अकाल जेड़े भीर अपने चैनल पर नवे आए हैं चैनल सबसक्राइब जरूर कर लो।
तो दोस्तों वीडियो ने शुरू तो लेके एंड तक जरूर देखा करो। इसमें वीडियो वधिया लगती है तो वो तो वह शेयर भी करा करो, अपने यार दोस्तों तो चैनल सबसक्राइब भी करा दो। जेडे भीर अपन कमेंटा च मान बख्शते हैं उन्होंने अपन नाम अनाउंस कर लगे हाँ, रोहित गर्ग, दलदीप रंधावा, किरणजीत कौर पात्रा, मनजीत कौर, रणजीत कौर सोही बरनाला, जोधापुरथला, अवतार सिंह, बोर सिंह, प्रीत जशन, अमृत सिंह, बलकार सिंह, गुरप्रीत सिंह टहाणा, गुरप्रीत सिंह भवानीगढ़, सतगुर सिंह, मनजीत कौर, संदीप कौर कढ़ाई सिलाई, जसवीर कौर, गुरमेल कौर मानसा, निक्का राम पेंटर। दोस्तों इन्हों का असं बहुत बहुत धन्यवाद करते हैं। जो दोस्तों तुम भी अपना नाम बुला चाहते हो तो कमेंट वो करो। धन्यवाद जी।